ਜੋ ਪਿੱਛੇ ਜੇ 6 ਮਹੀਨਿਆਂ ਤੋਂ ਇੱਥੇ ਪ੍ਰਧਾਨ ਨਗਰ ਕੌਂਸਲ ਬੰਟੀ ਜੀ ਜੋ ਆਪਣਾ ਮੌਤ ਹੋ ਚੁੱਕੀ ਸੀ, ਇੱਥੇ ਮੰਡੀ ਦਾ ਮਾਹੌਲ ਹੋਰ ਬਣ ਚੁੱਕਿਆ ਸੀ। ਸੰਘਰਸ਼ ਕਮੇਟੀ ਬਹੁਤ ਦੇਰ ਤੋਂ ਇੱਥੇ ਸੰਘਰਸ਼ ਵਿਕਾਸ ਵਾਸਤੇ ਕਰ ਰਹੀ ਸੀ, ਸਾਰੇ ਪੰਜਾਬ 'ਚ ਸਾਰੇ ਦੇਸ਼ 'ਚ ਜੇ ਕਿਸੇ ਦੀ ਪ੍ਰੋਬਲਮ ਨਾ ਹੱਲ ਹੋਵੇ ਤਾਂ ਉਹ ਸੰਘਰਸ਼ ਕਰਦੇ ਨੇ। ਬੇਸ਼ੱਕ ਉਹ ਟੀਚਰ ਨੇ, ਬੇਸ਼ੱਕ ਨਰਸਾਂ ਨੇ, ਬੇਸ਼ੱਕ ਵਪਾਰੀ ਹੈ, ਬੇਸ਼ੱਕ ਕਿਸਾਨ ਹੈ, ਸੰਘਰਸ਼ ਕਰਨਾ ਡਿਊਟੀ ਹੈ। ਪਰ ਕਿਸੇ ਦੇ ਕਾਰਨ ਸੰਘਰਸ਼ ਹੋਰ ਪਾਸੇ ਚਲਿਆ ਗਿਆ, ਉਹਦੀ ਜਿਹੜੀ ਦੇਣ ਹੈ ਉਹ ਸਾਡੇ ਪੋਲੀਟੀਕਲ ਲੋਕਾਂ ਦੀ ਦੇਣ ਹੈ। ਅਸੀਂ ਪਰਸਨਲ ਅਟੈਕ ਕਰਕੇ ਇਸ ਇਸ਼ੂ ਨੂੰ ਅਸੀਂ ਕਿਸੇ ਹੋਰ ਲੈ ਗਏ। ਜਿਹੜਾ ਮੇਰਾ ਪਹੁੰਚਣ ਦਾ ਇੱਥੇ ਬੰਟੀ ਜੀ ਦੇ ਸੰਸਕਾਰ 'ਤੇ, ਜਿਹੜਾ ਸੰਘਰਸ਼ ਕਮੇਟੀ ਦੇ ਜਿਹੜੇ ਮੇਨ ਮੈਂਬਰ ਸੀ, ਜਿਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਸੀ, ਜਿਨ੍ਹਾਂ ਦਾ FIR 'ਚ ਨਾਂ ਲਿਖਾਇਆ ਗਿਆ ਸੀ, ਉਹਨਾਂ ਦੇ ਰਿਸ਼ਤੇਦਾਰਾਂ ਨੇ, ਉਹਨਾਂ ਨੇ ਖੁਦ ਵੀ ਤੁਸੀਂ ਉੱਥੇ ਸ਼ਾਮਿਲ ਹੋ, ਇਸ ਮਾਮਲੇ ਨੂੰ ਠੰਡਾ ਕਰੋ, ਜੇ ਇਹਦੇ ਵਿੱਚ ਕੋਈ ਝੂਠ ਹੈ ਮਰਜ਼ੀ, ਮੈਂ ਹੁਣ ਬਾਈ ਨੇਮ ਤਾਂ ਨਹੀਂ ਕਹਿੰਦਾ, ਜਦੋਂ ਮਰਜ਼ੀ ਬੁਲਾ ਲਿਓ, ਉਹ ਸਾਡੇ ਸਾਹਮਣੇ, ਮੇਰਾ ਬਾਕੀ ਕਿਸੇ ਨਾਲ। ਹਾਂਜੀ ਮੈਡਮ, ਬੁਢਲਾਡਾ ਵਾਸੀਆਂ ਦਾ ਤੁਹਾਡਾ ਅਤੇ ਐਲੀਗੇਸ਼ਨ ਲੱਗ ਰਹੇ ਨੇ, ਅਤੇ ਇੱਕ ਆਪਣੇ ਮੰਗਤ ਰਾਏ ਬਾਂਸਲ ਜੀ 'ਤੇ ਲੱਗ ਰਹੇ ਨੇ ਜੋ ਨਗਰ ਸੁਧਾਰ ਸਭਾ ਦੇ ਨੇ, ਇਹਨਾਂ ਬਾਰੇ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ? ਬੇਟੇ ਦੇਖੋ, ਐਲੀਗੇਸ਼ਨ ਲੱਗਣਾ ਇੱਕ ਸੁਭਾਵਿਕ ਗੱਲ ਆ। ਐਲੀਗੇਸ਼ਨ ਲੱਗਣਾ, ਮੈਂ ਪਹਿਲਾਂ ਵੀ ਆਪਣੀ ਸਥਿਤੀ ਜਿਹੜੀ ਸਪਸ਼ਟ ਕਰ ਚੁੱਕੀ ਹੈਗੀ ਆ, ਇਹ ਇੱਕ ਮਿਸਅੰਡਰਸਟੈਂਡਿੰਗ ਆ, ਗਲਤ ਫਹਿਮੀ ਆ। ਇਹਦੇ ਵਿੱਚ ਨਾ ਕੋਈ ਮੇਰਾ ਕਸੂਰ ਹੈ, ਰੋਲ ਹੈ, ਨਾ ਮੰਗਤ ਰਾਮ ਬਾਂਸਲ ਜੀ ਦਾ ਆ। ਮੈਂ ਬੁਢਲਾਡਾ ਹਲਕਾ ਜਿਹੜਾ ਹੈਗਾ ਮੇਰਾ ਪਰਿਵਾਰ ਆ, ਬੁਢਲਾਡਾ ਮੰਡੀ ਜਿਹੜਾ ਹੈਗਾ ਮੇਰਾ ਆਪਣਾ ਨਿੱਜੀ ਘਰ ਹੈ, ਮੇਰੇ ਬੱਚੇ ਨੇ, ਉਹਨਾਂ ਨੂੰ ਕੋਈ ਗਲਤ ਫਹਿਮੀ ਹੋਈ ਹੋਈ ਆ। ਮੈਂ ਜਦੋਂ ਬੁਢਲਾਡੇ ਹਲਕੇ ਵਿੱਚ ਆਈ ਸੀ ਉਸ ਟਾਈਮ ਵੀ ਮੈਂ ਉਹਨਾਂ ਨਾਲ ਸੀ, ਅੱਜ ਵੀ ਮੈਂ ਉਹਨਾਂ ਨਾਲ ਆ, ਜਿੰਨੀ ਦੇਰ ਬੁਢਲਾਡੇ ਹਲਕੇ 'ਚ ਰਹੂੰਗੀ ਉੰਨੀ ਦੇਰ ਵੀ ਮੈਂ ਉਹਨਾਂ ਦੇ ਨਾਲ ਆ। ਜੇ ਜਦ ਵੀ ਉਹਨਾਂ ਨੂੰ ਮੇਰੀ ਜ਼ਰੂਰਤ ਦੀ ਲੋੜ ਹੈ ਤਾਂ ਮੈਨੂੰ ਉਹ ਸੁਨੇਹਾ ਦੇਣ, ਉਸੇ ਟਾਈਮ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂੰਗੀ, ਉਹਨਾਂ ਦਾ ਪੂਰਾ ਸਾਥ ਦੂੰਗੀ। ਅੱਜ ਸਾਰਿਆਂ ਨੇ, ਸਾਰੇ ਬੁਢਲਾਡਾ ਹਲਕਾ ਦੇ, ਕਾਂਗਰਸ ਪਾਰਟੀ ਦੇ ਸਾਰੇ ਹੀ ਵਰਕਰਾਂ ਨੇ, ਸਾਰੇ ਅਹੁਦੇਦਾਰ ਸਾਹਿਬਾਨਾਂ ਨੇ, ਜਿਹੜੇ ਨਵ ਨਿਯੁਕਤ ਸਾਡੇ ਪ੍ਰਧਾਨ ਸ਼੍ਰੀਮਤੀ ਮਨੋਜ ਬਾਲਾ ਬੰਸਲ ਜੀ ਬਣੇ ਨੇ, ਉਹਨਾਂ ਦਾ ਉਰੇ ਸਵਾਗਤ ਕੀਤਾ ਅਤੇ ਨਵੀਂ ਜਿਹੜੀ ਰੂਪ ਰੇਖਾ ਹੈ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਕਿਵੇਂ ਕੰਮ ਕਰੇਗੀ ਉਹ ਰੂਪ ਰੇਖਾ ਬਣਾਉਣ ਦੀ ਚਰਚਾ ਕੀਤੀ ਅਤੇ ਉਹਨਾਂ ਦਾ ਸਵਾਗਤ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬੁਢਲਾਡਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਮਾਣ ਸਨਮਾਨ ਦਿੱਤਾ ਇੱਥੇ ਬੁਲਾ ਕੇ। ਸੋ ਮੇਰਾ ਪਹਿਲੀ ਕੋਸ਼ਿਸ਼ ਇਹੀ ਹੋਊਗੀ ਕਿ ਜਿਸ ਤਰ੍ਹਾਂ ਹਰ ਇੱਕ ਪਾਰਟੀ ਦੇ ਵਿੱਚ ਹੁੰਦਾ ਕਿ ਤੜੇ ਹੁੰਦੇ ਨੇ, ਸੋ ਸੇਮ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਵੀ ਇੱਥੇ ਕੁਛ ਤੜਾਬੰਦੀ ਹੋਈ ਹੋਈ ਸੀ। ਸੋ ਪਹਿਲਾਂ ਉਹਨੂੰ ਖਤਮ ਕਰੂੰਗੀ ਮੈਂ। ਉਸ ਤੋਂ ਬਾਅਦ ਆਫਕੋਰਸ ਜਿਵੇਂ ਹਰ ਇੱਕ ਲੀਡਰ ਦੀ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਹਲਕੇ ਨੂੰ, ਆਪਣੇ ਜ਼ਿਲ੍ਹੇ ਨੂੰ ਵਿਕਾਸ ਵੱਲ ਲੈ ਕੇ ਜਾਵਾਂ, ਤਾਂ ਵਿਕਾਸ ਦੀਆਂ ਲੀਹਾਂ 'ਤੇ ਮੈਂ ਲੈ ਕੇ।